ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆ ਐਤਵਾਰ ਤੇ ਸਾਨੂੰ ਆ ਛੁੱਟੀ ਤੇ ਅਸੀਂ ਕਰਨ ਲੱਗੇ ਹਾਂ ਸਬਜ਼ੀਆਂ ਵਾਸਤੇ ਜ਼ਮੀਨ ਤਿਆਰ ਤੇ ਬਹੁਤ ਹੀ ਮਿਹਨਤ ਲੱਗਣੀ ਆ। ਫਿਰ ਤੁਹਾਨੂੰ ਸਬਜ਼ੀਆਂ ਵੀ ਉਗਾ ਕੇ ਦੱਸਾਂਗੇ ਕਿ ਕਿਵੇਂ ਅਸੀਂ ਬ੍ਰਹਮਟਨ ਦੇ ਵਿੱਚ ਪੰਜਾਬ ਵਾਲੀਆਂ ਸਬਜ਼ੀਆਂ ਉਗਾਈਆਂ ਤੇ ਆਹ ਜ਼ਮੀਨ ਤਿਆਰ ਕਰੀ ਜਾਂਦੇ ਹਾਂ, ਕੰਮ ਕਰ ਰਹੇ ਹਾਂ, ਮਜ਼ਦੂਰ ਲੱਗੇ ਹੋਏ ਆ। ਮਜ਼ਦੂਰ ਕੌਣ ਆ? ਉਹ ਅਸੀਂ ਆਪ ਹੀ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਵੇਂ ਕਿਵੇਂ ਸਫਾਈ ਹੁੰਦੀ ਆ। ਠੀਕ ਆ, ਪੂਰਾ ਸਖ਼ਤ ਘਾਹ ਏ, ਵੱਢਣਾ ਪੁੱਟਣਾ ਯੰਤਰਾਂ ਦੇ ਨਾਲ ਤੇ ਫਿਰ ਪਤਾ ਲੱਗਣਾ ਕੀ ਬਣਦਾ ਕੀ ਨਿਕਲਦਾ ਆ। ਇੱਥੇ ਅਸੀਂ ਲਾਉਣੀਆਂ ਸਬਜ਼ੀਆਂ, ਅੱਖਾਂ 'ਚ ਸੂਰਜ ਪੈਂਦਾ ਮੇਰੇ ਵਾਹਿਗੁਰੂ, ਇੱਥੇ ਹੀ ਸਬਜ਼ੀਆਂ ਲਾਉਣੀਆਂ। ਫਿਰ ਸਾਨੂੰ ਸਬਜ਼ੀਆਂ ਉਗਾ ਕੇ ਦਿਖਾਵਾਂਗੇ ਕਿਹੜੀਆਂ ਉਗਣੀਆਂ। ਇਹ ਜੀ ਕੈਨੇਡਾ ਬਈ, ਆਹ ਬੰਦੇ ਨੇ ਪਹਿਲਾਂ ਆਹ ਸਾਰਾ ਘਾਹ ਖਿਲਾ ਰਿਹਾ ਵੀਡੀਓ ਬਣਾਉਣ ਵਾਸਤੇ ਤੇ ਫਿਰ ਹੁਣ ਇਕੱਠਾ ਕਰ ਰਿਹਾ। ਦੇਖੋ ਦੇਖੋ ਦੇਖੋ, ਇੱਦਾਂ ਹੁੰਦੀਆਂ ਸਫਾਈਆਂ। ਇਹ ਲਾ ਲਈਆਂ ਸਬਜ਼ੀਆਂ ਅਸੀਂ ਵੀ, ਇਹੋ ਜੇ ਲੇਬਰ ਲਾ ਕੇ ਤੇ ਤੁਸੀਂ ਖਾ ਲਿਆ ਕੱਦੂ। ਹਾਂ ਦੇਖੋ ਜੀ, ਸਫਾਈ ਕਰੀ ਜਾਂਦੇ ਹਾਂ ਅਸੀਂ, ਵਧੀਆ ਬਣਾਈ ਜਾਂਦੇ ਹਾਂ ਜਗ੍ਹਾ। ਆਹੋ ਜਿਨ੍ਹਾਂ ਨੂੰ ਕਹਿੰਦੇ ਨੇ ਬਾਬੇ ਦੀਆਂ ਘੋੜੀਆਂ, ਉੱਥੇ ਇਹਨਾਂ ਇੱਥੇ ਇਹਨਾਂ ਨੂੰ ਕਹਿੰਦੇ ਆ ਪੋਟੈਟੋ ਬੈਗ, ਪੋਟੈਟੋ ਬੈਗ ਕਹਿੰਦੀ। ਇਹਦੋ ਮਿਰਚਾਂ ਗਾਈ ਉੱਥੇ ਬਾਹਰ ਬੈਗ ਦੇ ਤੇ ਆ ਪਾਲੀ ਰਬੜ ਲੱਭੀ। ਇੱਥੋਂ ਕਈ ਕੁਛ ਲੱਭ ਰਿਹਾ ਸਾਨੂੰ ਸਫਾਈ ਕਰਦੇ ਦੌਰਾਨ, ਕੁਛ ਸਪੈਸ਼ਲ ਲੱਭੇ ਤਾਂ ਮੈਨੂੰ ਜ਼ਰੂਰ ਦੱਸੀ। ਹਾਲੇ ਦਾ ਕੁਛ ਨੀ, ਪੋਟੈਟੋ ਬੈਗ, ਬਾਬੇ ਦੀਆਂ ਘੋੜੀਆਂ। ਕੀ ਸੋਨੇ ਦੇ ਕਾਂਟੇ? ਆਹ ਦੇਖੋ ਪੋਟੈਟੋ ਬੈਗ, ਬਾਬੇ ਦੀ ਘੋੜੀ। ਅਸੀਂ ਪਿੰਡ ਨੂੰ ਬਾਬੇ ਦੀ ਘੋੜੀ ਕਿਆ ਕਰਦੇ? ਆਹ ਕਈ ਪਈ ਜੀ ਅੱਡੀ, ਆਹ ਇੱਥੇ ਬੈਗ ਹੁੰਦੇ ਆ ਇਹਨਾਂ ਦੇ ਵਿੱਚ ਜੋ ਵੀ ਖਚਰਾ ਖੁਚਰਾ ਕਚਰਾ ਹੁੰਦਾ ਪਾਉਣਾ। ਸੋਨੇ ਦੇ ਕਾਂਟੇ ਲੱਭੇ ਕੰਮ ਕਰਦੇ ਦੌਰਾਨ। ਇਹ ਸੋਨੇ ਦੇ ਕਾਂਟੇ ਨਹੀਂ ਨੇ, ਇਹ ਉਹ ਸੱਗੀ ਫੁੱਲ ਨੇ, ਪੰਜਾਬ ਵਾਲੇ ਸੱਗੀ ਫੁੱਲ। ਰੱਖ ਇੱਥੇ, ਰੱਖ ਰੱਖ ਰੱਖ, ਦੇ 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 ਨਾ ਦੇ ਹੁਣ। ਬੰਦਾ ਕਿਦਾਰ ਨਿਕਲ ਗਿਆ, ਇਹਦੇ ਉਹ ਖਜ਼ਾਨਾ ਲੱਭਿਆ ਸੀ ਕੰਮ ਕਰਦੇ ਤੁਰੰਤ। ਸੱਗੀ ਫੁੱਲ ਨਾ 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 ਨਾ, ਸੱਗੀ ਫੁੱਲ ਲੱਭੇ ਜੀ ਸਾਨੂੰ ਕੰਮ ਕਰਦਿਆਂ। ਇਹ ਬ੍ਰਾਂਡ ਲਾ ਕੇ ਤੇ ਗਰੋਸਰੀ ਕਰਨ ਜਾਊਗੀ, ਸਿਰ ਤੇ ਲਾ ਕੇ ਚੁੰਨੀ ਲੈ ਕੇ ਸੱਗੀ ਫੁੱਲ ਰੱਖ। ਦੇਖੋ ਜੀ ਬਹੁਤ ਵਧੀਆ ਚੀਜ਼ ਆ ਜਿਹੜੀ ਲੱਭੀ ਆ ਸਾਨੂੰ। ਹੁਣ ਤੂੰ ਬਾਰਾਂ ਗਾਉਣੀਆਂ ਨਾ? ਨਹੀਂ ਨਹੀਂ, ਗਾਣਾ ਗਾ ਕੋਈ ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ। ਹੁਣ ਸਾਡੇ ਅੰਕਲ ਆਉਣ ਲੱਗਿਆ, ਕਹੀਂ ਕੱਖ ਨੀ ਕਰ ਰਹੇ, ਗਾਣੇ ਗਾਣੇ ਗਾ ਰਹੇ, ਪਰ ਕੋਈ ਮਿੱਟੀ ਨੀ, ਕੋਈ ਕੁਛ ਨੀ। ਆ ਇੰਨਾ ਕੁ ਘਾਹ ਪੁੱਟਿਆ, ਇੰਨਾ ਕੁ ਸਫਾਈ ਕਰਕੇ ਇੱਥੇ ਹੀ ਲਾਉਣੀਆਂ ਸਬਜ਼ੀਆਂ। ਦੇਖੋ ਲੱਗਦੀਆਂ ਸਬਜ਼ੀਆਂ, ਕੁਛ ਛੱਡਦਾ ਸਿਰੇ ਕਿ ਨਹੀਂ ਨਹੀਂ, ਵਲੌਗ ਹੀ ਬਣਾਵਾਂਗੇ ਅੱਜ ਦੀ ਦਿਹਾੜੀ 'ਚ। ਆਹ ਬੜੀ ਪਿਆਰੀ ਚੀਜ਼ ਲੱਭੀ ਸਾਨੂੰ, ਸੱਗੀ ਫੁੱਲ ਮਿੱਤਰਾਂ ਦਾ। ਓਹ ਮੇਰਾ ਸੱਗੀ ਫੁੱਲ ਗਵਾਚ ਗਿਆ ਹੀ, ਇੱਕ ਇੱਥੇ ਡਿੱਗ ਗਈ ਕਿਤੇ, ਆਹ ਡਿੱਗ ਗਿਆ, ਆਹ ਫੜ ਲਿਆ। ਹਾਂ ਸਫਾਈ ਕਰਦੇ ਵਕਤ ਸਾਨੂੰ ਕੀ ਲੱਭਿਆ? ਦੇਖੋ 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 ਦੇਖੋ, ਧਿਆਨ ਨਾਲ ਦੇਖੋ, ਇੱਥੋਂ ਹੁਣ ਹੀਰੇ ਜਵਾਹਰਾਤ ਵੀ ਲੱਭਣਗੇ ਪੁਰਾਣੇ। ਫੇਰ ਅੱਗੇ ਵਧੀ ਜਾਂਦੀ ਆ, ਰੇਟ ਜ਼ਿਆਦੇ ਲੱਗੀ ਤੂੰ, ਰੇਟ 10 ਰੁਪਏ ਘੰਟੇ ਜ਼ਿਆਦੇ ਆ। ਦਸ ਰੁਪਏ ਤਾਂ ਬਹੁਤ, ਕਿੰਨਾ ਘਾਹ ਛੱਡੀ ਬੈਠੀ ਆ। ਲਓ ਜੀ ਅੱਜ ਅੰਤਰ ਜਾ ਕੇ ਅਸੀਂ ਖਰੀਦ ਲਿਆਂਦਾ ਸੀ ਆਪਣਾ ਵਧੀਆ ਮਿੱਟੀ ਪੁੱਟ ਲਾਇਆ, ਹੁਣ ਆਪਾਂ ਇੱਥੇ ਜਗ੍ਹਾ ਬਣਾ ਲੈਣੀ ਆ, ਫਿਰ ਇੱਥੇ ਲਾਵਾਂਗੇ ਸਬਜ਼ੀਆਂ। ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸਬਜ਼ੀਆਂ ਲਾ ਕੇ। ਤਦ ਤੱਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗੀ ਸਾਡੀ ਖੇਤੀਬਾੜੀ।
ਤੇ ਮਿਲਦੇ ਆ ਅਗਲੇ ਵਲੌਗ ਦੇ ਨਾਲ ਛੇਤੀ। ਤੇ ਆ ਸੰਦ ਜੇ ਦਾ ਤੇ ਵਾਵਾ ਚਾਹ ਸੀ ਮੈਨੂੰ, ਚਾਹ ਚਾਹ ਜੀ ਮੈਂ ਮਿੱਟੀ ਪੁੱਟੀ ਜਾਂਦੀ ਸੀ ਤੇ ਕਾਫੀ ਸਾਰੀ ਮਿੱਟੀ ਪੁੱਟ ਕੇ ਤਾਂ ਬਣਾ ਲਿਆ। ਮਿਲਦੇ ਆ ਅਗਲੇ ਵਲੌਗ ਚ ਸਬਜ਼ੀਆਂ ਦੇ ਨਾਲ। ਧੰਨਵਾਦ।